ਦੋਸਤੋ, ਕੀ ਹਾਲ ਚਾਲ? ਉਮੀਦ ਕਰਨਾ ਸਭ ਠੀਕ ਨਾਲ ਹੋਣਗੇ। ਲਓ ਜੀ ਦੋਸਤੋ, ਅਸੀਂ ਆ ਗਏ ਹਾਂ ਮਾਮਾ ਸਾਹਿਬ ਘਰ। ਸਹੀ ਹੈ, ਅਤੇ ਇਹਨਾਂ ਦੇ ਸਾਹਿਬਜ਼ਾਦੇ ਤਾ ਤਲਾਲ ਆਸੀਫ, ਜੋ ਕਿ ਥੋੜ੍ਹੇ ਦਿਨ ਪਹਿਲੇ ਤੁਹਾਨੂੰ ਪਤਾ ਹੀ ਹੈ ਦੋਸਤੋ, ਕਿ ਥੋੜ੍ਹਾ ਜਿਹਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਥੋੜ੍ਹਾ ਜਿਹਾ ਨਹੀਂ, ਕਾਫੀ ਜ਼ਿਆਦਾ ਹੋ ਗਿਆ ਸੀ। ਸਹੀ ਹੈ, ਅਤੇ ਅਸੀਂ ਹੁਣ ਬੈਠੇ ਹਾਂ ਮਾਮਾ ਸਾਹਿਬ ਘਰ। ਸਹੀ ਹੈ, ਅਤੇ ਇਹ ਵੇਖੋ, ਇਹ ਦੋਸਤ ਵੀ ਬੈਠੇ ਹੋਏ ਨੇ। ਅੱਲਾ ਪਾਕ ਤਾਹਬ ਤਲਾਲ ਭਾਈ ਨੂੰ ਜਿਹੜਾ ਉਸੇ ਤੋਂ ਤੰਦਰੁਸਤੀ ਦੇਵੇ। ਸਹੀ ਹੈ, ਤੇ ਬਾਈ ਬੋਤਲ ਨੀ ਪੀਣੀ? ਇਹ ਵੇਖੋ ਬੋਤਲ ਆ ਗਈ ਹੈ, ਨਾਲ ਬਰਫ਼ ਵੀ ਹੈ। ਸਹੀ ਹੈ, ਤੁਸੀਂ ਇਸੇ ਇੰਤਜ਼ਾਰ ਚ ਹੋ। ਅੱਛਾ ਜੀ, ਤੁਸੀਂ ਯਾਰ ਇਰਾਦੇ ਨਾਲ ਆਏ ਹੋ ਕਿਸ ਲਓ ਜੀ ਦੋਸਤੋ, ਹੁਣ ਅਸੀਂ ਨਾ ਪਾਣੀ ਸ਼ਾਣੀ ਪੀਣ ਲੱਗੇ ਹਾਂ। ਸਹੀ ਹੈ, ਤੇ ਬਾਕੀ ਅਲੀ ਭਾਈ ਅੱਗੇ ਆ ਰਹੇ। ਅਲੀ ਭਾਈ ਥੋੜ੍ਹਾ ਜਿਹਾ ਸਾਈਡ 'ਤੇ ਹੋ, ਤਲਾਲ ਭਾਈ ਦਾ ਰਿਵਿਊ ਦਈਏ। ਅੱਲਾ ਪਾ ਕੇ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਸਹੀ ਹੈ, ਅਤੇ ਬਾਕੀ ਲਵ ਯੂ ਹੋ ਗਿਆ। ਸਮੀ ਭਾਈ ਤੁਸੀਂ ਕੀ ਕਹਿਣਾ ਚਾਹ? ਨਾ ਜੀ ਬਿਲਕੁਲ, ਅਤੇ ਤੁਸੀਂ ਦੇਖ ਰਹੇ ਹੋ ਤੇਜ਼ ਬਾਈਕ ਚਲਾਉਣ ਦਾ ਇੰਜਾਮ ਆ। ਬਾਕੀ ਤਲਾਲ ਭਾਈ ਆ ਤਾਂ ਸਲੋਅ ਹੀ ਰਹੇ ਸਨ, ਲੇਕਿਨ ਅੱਲਾ ਦੀ ਕਰਨੀ ਫਿਰ ਜੋ। ਸਹੀ ਹੈ, ਕਿਸੇ ਨੂੰ ਬਚਾਉਂਦਾ ਜਿਹੜਾ ਉਹ ਇਹਨਾਂ ਖੁਦ ਨੂੰ ਚੋਟਾਂ ਲਗਾ ਲਈਆਂ ਨੇ। ਸਹੀ ਹੈ, ਬਾਕੀ ਤੁਸੀਂ ਸਭ ਦੋਸਤ ਜਿਹੜਾ ਉਹ ਇਤਿਆਤ ਕਰੋ, ਤੁਹਾਨੂੰ ਪਤਾ ਅੱਜ ਕੱਲ੍ਹ ਬਾਰਿਸ਼ ਵਾਲਾ ਮੌਸਮ ਹੈ। ਸਹੀ ਹੈ, ਅਤੇ ਬਾਰਿਸ਼ ਵਾਲੇ ਮੌਸਮ ਦੇ ਵਿੱਚ ਜਿਹੜਾ ਨਾ ਥੋੜ੍ਹੀ ਜਿਹੀ ਇਤਿਆਤ ਕਰੋ, ਬਾਈਕ ਜਿਹੜੀ ਹੈ ਨਾ ਆਰਾਮ ਨਾਲ ਚਲਾਓ। ਅੱਲਾ ਹਾਫਿਜ਼, ਸਲਾਮ ਅਲੈਕੁਮ ਜੀ। ਅਲੀ ਭਾਈ ਜਿਹੜਾ ਇਹ ਮਸ਼ਰੂਬਾਤ ਤਿਆਰ ਕਰ ਰਹੇ ਨੇ। ਸਹੀ ਹੈ, ਅਤੇ ਬਰਫ਼ ਸ਼ਰਫ਼ ਪਾ ਦਿੱਤੀ ਹੈ ਨਾ, ਠੀਕ ਹੈ। ਅਤੇ ਆਹ ਸਾਮੀ ਭਾਈ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਲੋ ਜੀ ਅਲੀ ਭਾਈ ਸਰ ਵੀ ਕਰ ਰਹੇ ਨੇ ਨਾਲ ਨਾਲ। ਸਹੀ ਹੈ, ਤੇ ਦੇਖ ਸਕਦੇ ਹੋ ਤੁਸੀਂ ਸ਼ਾਮੀ ਭਾਈ, ਆਪ ਯਾਰ ਐਸੇ ਹੀ ਬੈਠੇ ਹੋਏ ਆ, ਆਪ ਵੀ ਲੈਣਾ ਕੋਕ ਯਾਰ, ਕਿਆ ਕਰ ਰਹੇ ਭਾਈ? ਅਲੀ ਭਾਈ ਤੁਸੀਂ ਵੀ ਲਵੋ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਵੋ। ਹਾਂਜੀ, ਕੁਝ ਨੀ ਕਹਿੰਦੀ ਭਾਬੀ। ਸਾਡੇ ਯੂਕੇ ਵਾਲੇ ਦੁਆ ਕਰੋ ਜੱਲਾ ਇਹਨਾਂ ਦਾ ਵੀਜ਼ਾ ਜਿਹੜਾ ਨਾ ਉਹ ਜਲਦ ਜਲਦ ਲਵਾ ਦੇਵੇ। ਸਹੀ ਹੈ, ਤੇ ਤੁਹਾਡੀ ਦੁਆ ਚਾਹੀਦੀ ਹੈ। ਬਾਕੀ ਤਲਾਲ ਭਾਈ ਨੇ, ਸਹੀ ਤਲਾਲ ਭਾਈ, ਅੱਲਾ ਹਾਫਿਜ਼, ਸਲਾਮ ਅਲੈਕੁਮ, ਮਿਲਦੇ ਹਾਂ ਫਿਰ। ਸਹੀ ਤਲਾਲ, ਦੁਆ ਕਰੋ ਤਾਹਾ ਭਾਈ ਨੇ ਅਪਲਾਈ ਕੀਤਾ ਯੂਕੇ ਵਾਸਤੇ, ਤੇ ਅੱਲਾ ਪਾ ਕੇ ਜਲਦੀ ਜਲਦੀ ਵੀਜ਼ਾ ਲਵਾ ਜਾਵੇ। ਅੱਲਾ ਹਾਫਿਜ਼, ਸਲਾਮ ਅਲੈਕੁਮ।